ਓਏ ਮੁੱਦੀ ਉਹ ਮੇਰੇ ਸਾਲੇ ਦੇ ਆ ਮੁੜ ਜਾ ਕਿਉਂ ਛਿੱਤਰਖਾਨਾ ਨਾਲ ਫੌਜ ਨੂੰ ਪਵਾਉਣਾ ਤੈਨੂੰ ਭੁੱਲ ਗਿਆ ਕਿ ਪਾਕਿਸਤਾਨ ਦੀ ਫੌਜ ਜੋ ਕਹਿੰਦੀ ਉਹ ਕਰਦੀ ਆ ਦੇ ਤਾ ਸਰਪ੍ਰਾਈਜ਼ ਤੈਨੂੰ ਰਾਤ ਦਾ ਸਾਲੇ ਐਵੇਂ ਆ ਵੀ ਛਿੱਤਰ ਖਾਈ ਇਹਨਾਂ ਨਾਲ ਆਪਣੀ ਕੌਮ ਨੂੰ ਵੀ ਪਵਾਈ ਜਾਂਦਾ ਆਪਣੀ ਫੌਜ ਨੂੰ ਵੀ ਪਵਾਈ ਜਾਂਦਾ ਉਹ ਮੇਰੇ ਸਾਲੇ ਦੇ ਇੱਥੇ ਬਾਰਡਰਾਂ 'ਤੇ ਖਲੋਤੇ ਜਵਾਨ ਦੁੱਧ ਘਿਓ ਖਾ ਕੇ ਜਵਾਨ ਹੋਏ ਆ ਤੁਸੀਂ ਗਾਵਾਂ ਦਾ ਮੂਤ ਪੀ ਪੀ ਕੇ ਫੌਜੀ ਲੜਾਉਂਦੇ ਸਾਡੇ ਫੌਜੀਆਂ ਨਾਲ ਉਹ ਸਾਡੇ ਫੌਜੀ ਛੱਡ ਤੂੰ ਤਾਂ ਸਾਡੀ ਪੰਜਾਬ ਪੁਲਿਸ ਦਾ ਮੁਕਾਬਲਾ ਨਹੀਂ ਕਰ ਸਕਦਾ ਮਾਰ ਮਾਰ ਕੇ ਛਿੱਤਰ ਤੂੰ ਕੱਢ ਦੇਣਗੇ ਕੰਜਰਾ ਤੇਰਾ ਤੇ ਤੇਰੀ ਫੌਜ ਦਾ ਇੱਥੇ ਯੂਸਫ ਨੂਰ ਅਵੈਸ ਡੋਗਰ ਸਰਬਰਾਜ ਡੋਗਰ ਵਰਗੇ ਫੌਜ ਪੁਲਿਸ ਦੇ ਜਵਾਨ ਅਤੇ ਫੌਜ ਤਾਂ ਸਾਡੀ ਬਹੁਤ ਦੂਰ ਦੀ ਗੱਲ ਹੈ ਜਿੱਥੇ ਅਮਰਜੀਤ ਸਿੰਘ ਮੇਜਰ ਹਰਚਰਨ ਸਿੰਘ ਵਰਗੇ ਸਾਡੇ ਜਵਾਨ ਖਲੋਤੇ ਆ ਤੂੰ ਉਹਨਾਂ ਦਾ ਕੀ ਮੁਕਾਬਲਾ ਕਰਨਾ ਤੇਰੀ ਫੌਜ ਨੇ ਉਹ ਕੰਜਰਾ ਤੈਨੂੰ ਤਾਂ ਲਾਹੌਰ ਵਾਲੇ ਬਿੱਲੇ ਡੋਗਰ ਨੇ ਗਾਲਾਂ ਕੱਢ ਕੱਢ ਕੇ ਕੰਨਾਂ 'ਚੋਂ ਖੂਨ ਕੱਢ ਦੇਣਾ ਤੇਰਾ ਤੇ ਤੇਰੀ ਫੌਜ ਦਾ ਬਾਜਾ ਮੇਰੇ ਸਾਲੇ ਦੇ ਆ ਐਵੇਂ ਹੀ ਆਪਣੀ ਕੌਮ ਨੂੰ ਅਤੇ ਆਪਣੀ ਫੌਜ ਨੂੰ ਛਿੱਤਰ ਪਵਾਈ ਜਾਂਦਾ ਮੁੜ ਜਾ ਭੈਣ ਦਿਆ ਖਸਮਾਂ ਸਾਡੀ ਫੌਜ ਨੂੰ ਲਲਕਾਰ ਨਾ ਤੈਨੂੰ ਭੱਜਣ ਨੂੰ ਥਾਂ ਨਹੀਂ ਲੱਭਣੀ ਤੈਨੂੰ ਤਾਂ ਤੇਰੇ ਮੁਲਕ ਨੂੰ ਐ ਐ ਐ ਨਿਬੇੜ ਦੇਣਗੇ ਐ ਵੱਢਣਗੇ ਜਿਵੇਂ ਕਣਕ ਵੱਢੀ ਦੀ ਹੈ ਕੰਜਰਾ ਮੁੜ ਜਾ ਇੱਥੇ ਮੇਜਰ ਹਰਚਰਨ ਸਿੰਘ ਅਤੇ ਅਮਰਜੀਤ ਸਿੰਘ ਵਰਗੇ ਜਵਾਨ ਨੇ ਫੌਜ ਦੇ ਵਿੱਚ ਉਹ ਸਾਡੀਆਂ ਸਰਹੱਦਾਂ 'ਤੇ ਤਾਂ ਸਾਰੇ ਹੁਸੈਨ ਦੇ ਜਵਾਨ ਖੜ੍ਹੇ ਆ ਤੁਸੀਂ ਸਾਰੇ ਗਾਵਾਂ ਦਾ ਮੂਤ ਬੀਬੀ ਜਵਾਨ ਹੋਏ ਆ ਇੱਥੇ ਲਾਦਿਆ ਬੰਦੇ ਆ ਸਾਰੇ ਉਹ ਜਵਾਨ ਨੇ ਜਿਹਨਾਂ ਨੂੰ ਮਾਵਾਂ ਘਰੋਂ ਦਵਾਵਾਂ ਦੇ ਕੇ ਕੱਢਦੀਆਂ ਤੁਹਾਨੂੰ ਕੰਜਰੋਂ ਗਾਲਾਂ ਪੈਂਦੀਆਂ ਘਰਾਂ 'ਚੋਂ ਗਾਂ ਸਾਡੀ ਫੌਜ ਨੂੰ ਲਲਕਾਰੀ ਨਾ ਨਹੀਂ ਤਾਂ ਹਿੰਦੁਸਤਾਨ ਦਾ ਨਾਂ ਨਹੀਂ ਬਚਣਾ।